अजकल रिश्तियां दी डोर इन्नी कमजोर हो गई है कि इंसान रिश्तियां दा कतल करन विच जरा भी गुरेज नहीं करता। अजिहा ही एक दिल दहलाउण वाला मामला मुकसर दे पिंड सम्मेवाली तो सामने आया है, जिथे कि तकरीबन 18-19 साल के नौजवान ने अपनी ही दादी ते भूआ ते गोलियां दी बरसात कर दिती, पर गनीमत यह रही कि हमले विच मां धी दी जान बच गई। दस दईए कि यह लड़ाई जमीन पिछे हुई सी। लड़के दी दादी ने दस्या कि जमीन हड़प्पण दे चक्कर विच उन्हां दोनां ते पहलां वी उन्हां दे पुत्तर ने जानलेवा हमला कीता सी। यह पूरा मसला है कि तुसी यह पीड़ित औरतां दी जुबानी ही सुन लवो। की मामला? कल मेरे को दो पेशेंट आए सी जी, एक दे ते चार गोलियां लगियां होईयां लेडी दे, उहदी मदर दे दो गोलियां बचियां होईयां सी जी। कोई उन्हां दा फैमिली डिस्प्यूट्स है जिहड़ा उन्होंने मैनू इत्थे आ के दस्या हैगा, ते वैसे पेशेंट सेफ है दोनों। ਕਿੰਨੀਆਂ ਗੋਲੀਆਂ ਲੱਗੀਆਂ ਸੀ ਦੋਨੋਂ ਲੇਡੀਜ਼ 'ਤੇ? ਜਿਹੜੀ ਲੜਕੀ ਆ ਉਸ 'ਤੇ ਚਾਰ ਗੋਲੀਆਂ ਲੱਗੀਆਂ ਸੀ ਜੀ, ਤਿੰਨ ਗੋਲੀਆਂ ਦੇ ਸਿਰ ਦੇ ਵਿੱਚ ਸੀ ਅਤੇ ਇੱਕ ਜਵਾੜੇ ਤੋਂ ਵੱਜ ਕੇ ਪਿੱਛੇ ਗਰਦਨ 'ਚ ਗਈ ਹੋਈ ਸੀ। ਚਾਰੇ ਗੋਲੀਆਂ ਕੱਢ ਦਿੱਤੀਆਂ ਗਈਆਂ, ਮਰੀਜ਼ ਸੇਫ ਹੈ, ਬਿਲਕੁਲ ਠੀਕ ਹੈ, ਫਸਟ ਕਲਾਸ ਹੈ, ਅਤੇ ਦੋ ਗੋਲੀਆਂ ਉਹਨਾਂ ਦੇ ਮਦਰ 'ਤੇ ਲੱਗੀਆਂ ਸੀਗੀਆਂ, ਉਹ ਵੀ ਠੀਕ ਨੇ। ਮਾਂ ਜੀ ਕੀ ਨਾਂ ਤੁਹਾਡਾ? ਸੁਖਜਿੰਦਰ ਕੌਰ ਜੀ। ਮਾਂ ਜੀ ਕੀ ਘਟਨਾ ਹੋਈ ਹੈ, ਕਿਸ ਤਰ੍ਹਾਂ ਹੋਈ ਹੈ? ਘਟਨਾ ਜੀ ਜ਼ਮੀਨ ਪਿੱਛੇ ਹੋਈ ਹੈ ਜੀ। ਕੌਣ ਸੀ ਜਿਹਨੇ ਤੁਹਾਡੇ 'ਤੇ ਗੋਲੀਆਂ ਚਲਾਈਆਂ? ਮੇਰਾ ਪੋਤਰਾ ਸੀ। ਕੀ ਨਾਂ ਜੀ ਉਹਦਾ? ਉਹਦਾ ਨਾਂ ਕਮਰਪ੍ਰੀਤ। ਕਿੰਨੇ ਸਾਲ? ਕਨਵਰਪ੍ਰੀਤ। ਉਹ ਜੀ 19 ਸਾਲ ਦਾ ਜੀ। ਕੀ ਕਰਦਾ ਉਹ? ਇੱਥੇ ਪੜ੍ਹਦਾ ਜੀ, ਵੀਟਰ ਫਲਾਵਰ ਸਕੂਲ 'ਚ। ਵੀਟਰ ਫਲਾਵਰ ਸਕੂਲ? ਹਾਂਜੀ। ਕਿਵੇਂ ਘਰ ਕਿਵੇਂ ਆਏ ਸੀ, ਤੁਹਾਡੇ ਨਾਲ ਕੀ ਗੱਲਬਾਤ ਕੀਤੀ? ਘਰ ਬੇਟੇ ਉਹ ਮਤਲਬ ਵੀ ਆਇਆ ਸ਼ਾਮ ਕੁ ਵੇਲੇ ਜੀ, ਅਤੇ ਆ ਕੇ ਮੈਂ ਬਿਸਤਰੇ 'ਚ ਪਈ ਹਾਂ, ਮੈਨੂੰ ਮਿਲਿਆ, ਮਿਲ ਕੇ ਮੇਰੇ ਕੋਲ ਬਹਿ ਗਿਆ। ਮੈਂ ਕਦੋਂ ਲੇਟ ਹੋ ਗਿਆ ਕਿ ਮੈਂ ਖੇਤਰ ਸਾਗ ਸੂਗ ਅਤੇ ਮੈਂ ਦਾਦੀ ਮੰਮਾ ਚੱਲਿਆ, ਅਤੇ ਇੰਨੀ ਗੱਲ ਮੈਨੂੰ ਕਹਿ ਕੇ ਮੈਂ ਕਿਹਾ ਚੱਲ ਠੀਕ ਹੈ। ਮੈਨੂੰ ਆਉਂਦਾ ਕਿ ਮੇਰਾ ਜੀ ਕਰਦਾ ਰਹਿਣ ਨੂੰ, ਮੈਂ ਇਹ ਗੱਲ ਗਈ, ਮੈਂ ਤੁਹਾਡੀ ਮੰਮੀ ਪਾਪਾ ਨੂੰ ਫੋਨ ਕਰਦੇ ਵੀ ਜੇ ਯਾਰ ਤੂੰ ਰਹਿਣਾ ਤਾਂ ਬੇਟਾ ਰਹਿ ਪਓ, ਸਾਨੂੰ ਤਾਂ ਕੋਈ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਡੀ ਮਤਲਬ ਵੀ ਆਉਂਦਾ ਹੀ ਸੀ ਵਧੀਆ ਘਰੇ। ਜਿਸ ਵੇਲੇ ਬੇਟੇ ਉਹ ਰਹਿ ਪਿਆ, ਉਹਨੇ ਆਖਿਆ ਰਾਤ ਨੂੰ ਵਧੀਆ, ਅਸੀਂ 10:30 ਵਜੇ ਗੱਲਾਂ ਬਾਤਾਂ ਕਰਕੇ ਸਾਡੇ ਕੋਲ ਹੀ ਬੈੱਡ 'ਤੇ ਪਿਆ ਅਲੱਗ ਮੰਜੇ 'ਤੇ, ਅਤੇ ਟੀਵੀ ਟੂਵੀ ਵੇਖ ਕੇ 10:30 ਵਜੇ ਮੈਂ ਕਿਹਾ ਕਨਵਰ ਆਪਾਂ ਸੌਂ ਜੀ ਗਏ, ਸੌਂ ਜਾਓ ਦਾਦੀ ਮੰਮਾ। ਸਵੇਰੇ ਮੈਨੂੰ 6:30 ਵਜੇ ਉਠਾ ਗਿਆ, ਅਲਾਰਮ ਲਾ ਲਓ, ਅਲਾਰਮ ਲਾ ਲਿਆ 6:30 ਵਜੇ ਬੇਟੇ, ਅਸੀਂ ਉਹਨੂੰ ਆਵਾਜ਼ ਮਾਰੀ ਹੈ, ਅਤੇ ਆਉਂਦਾ 10 ਮਿੰਟ ਹੋਰ ਰੁਕ ਜਾਓ। ਚੱਲ ਬੇਟੀ ਗਈ ਕਿਚਨ 'ਚ ਆਪਣੀ ਚਾਹ ਅਤੇ ਮੇਰੀ ਬਣਾ ਲਿਆਈ, ਅਸੀਂ ਚਾਹ ਦੋਨਾਂ ਨੇ ਮਾਵਾਂ ਧੀਆਂ ਉਸੇ ਕਮਰੇ 'ਚ ਬਹਿ ਕੇ ਪੀ ਲਈ ਹੈ। ਜਿਸ ਵੇਲੇ ਉਹਨੂੰ ਫਿਰ ਬਿਠਾਇਆ ਮੈਂ, ਬੇਟੇ ਜੇ ਤਾਂ ਤੂੰ ਜਾਣਾ ਹੈ ਤਾਂ ਫਿਰ ਤਾਂ ਤੂੰ ਤੁਰ ਜਾ, ਅਤੇ ਜੇ ਤੂੰ ਨਹੀਂ ਟਿਊਸ਼ਨ 'ਤੇ ਜਾਣਾ ਫਿਰ ਤੂੰ 8-9 ਵਜੇ ਭਾਵੇਂ ਜਾਂਦਾ ਰਹੀਂ, ਸਾਨੂੰ ਤਾਂ ਕੋਈ ਨਹੀਂ, ਅਤੇ ਧੁੰਦ 'ਚ ਪੈਂਦੀ ਹੈ ਅਤੇ ਗੱਡੀ ਤੂੰ ਆਪ ਚਲਾਉਣੀ ਹੈ। ਉੱਠਿਆ ਜੀ, ਉੱਠ ਕੇ ਬਾਥਰੂਮ 'ਚ ਗਿਆ, ਦੂਸਰੇ ਨਾਲ ਦੇ ਕਮਰੇ 'ਚ ਬਾਥਰੂਮ ਜਾ ਕੇ ਉੱਥੇ ਕੁਰਲੀ ਕਰਲੀ ਕਰਕੇ ਆ ਕੇ ਅਤੇ ਮੰਜੇ 'ਤੇ ਬਹਿ ਗਿਆ ਆਪਦੇ 'ਤੇ, ਕੋਲ ਹੀਟਰ ਚੱਲੀ ਜਾਂਦਾ, ਹੱਥ ਸਿੱਕਣ ਲੱਗ ਪਿਆ। ਇਹਨੂੰ ਆਉਂਦਾ ਭੂਈ ਜੀ ਚਾਹ ਬਣਾਓ, ਇਹਨੇ ਚਾਹ ਬਣਾਈ, ਮੈਨੂੰ ਆਉਂਦਾ ਕਿ ਆਪਣਾ ਲੱਖਾ ਪਤਾ ਨਹੀਂ ਕਿੱਧਰ ਗਿਆ, ਨੌਕਰ ਦਾ ਨਾਂ ਲਿਆ। ਮੈਂ ਕਿਹਾ ਉਹ ਧਾਰਾਂ ਧੁਰਾਂ ਉੱਧਰ ਕੱਢ ਦਾਣ, ਮੈਂ ਤਾਂ ਬਾਹਰ ਗਈ ਨਹੀਂ ਗੀ, ਇਹ ਹਨੇਰਾ ਸੀਗਾ। ਅਤੇ ਬੇਟੇ ਬਸ ਇਹ ਕਿਚਨ 'ਚ ਚਲੀ ਗਈ ਹੈ, ਇਹਨੇ ਪਿੱਛਾ ਸੀ ਇਹਦਾ, ਅਤੇ ਜਦੋਂ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਕਾਰ 'ਚ, ਬਾਹਰੀ ਜ਼ਰੂਰ ਕਾਰ ਦੀ ਖੜਕੀ ਸੁਣੀ ਹੈ। ਮੈਂ ਕਿਹਾ ਚਲੋ ਇਹਨੇ ਜਾਣਾ, ਸ਼ੀਸ਼ੇ ਸ਼ੂਸ਼ੇ ਸਾਫ਼ ਕਰ ਦਾਣਾ, ਅਤੇ ਪਤਾ ਹੀ ਉਦੋਂ ਲੱਗਿਆ ਜਦੋਂ 1 ਫਾਇਰ ਵੀ ਵੱਜਿਆ, 2 ਵਜੇ ਮੈਂ ਕਿਹਾ ਗੈਸ ਪਾਟ ਗਿਆ ਸਿਲੰਡਰ ਸਾਡਾ। ਮੈਂ ਜਿਉਂ ਭੱਜੀ, ਮੇਰੇ ਗੋਡਿਆਂ ਦੀ ਪ੍ਰੋਬਲਮ, ਹਾਰਟ ਦੀ ਮਰੀਜ਼ ਹੈ, ਮੈਂ ਤਾਂ ਮੰਜੇ 'ਤੇ ਪਈ ਰਹੀ। ਮੈਂ ਜਦੋਂ ਮੈਂ ਗਈ, ਵੇ ਕਨਵਰ ਕੀ ਕਰੀ ਜਾਂਦਾ, ਵੇ ਕਨਵਰ, ਉਹਨੇ 3 ਫਾਇਰ ਹੋਰ ਠੋਕੇ, ਠੋਕ ਕੇ ਪੁੱਤਰ ਕਿਚਨ ਦੇ ਬਾਹਰ 'ਚ ਆ ਗਿਆ। ਮੈਂ ਕੁੱਟ ਕੇ ਬੜੇ, ਮੈਨੂੰ ਮਹਾਰਾਜ ਨੇ ਉਦਮ ਦਿੱਤਾ, ਮੈਂ ਬਾਹਰ ਜਦੋਂ ਬੰਦ ਕੀਤਾ ਕੁੰਡੀ ਲੱਗ ਗਈ, ਉਹਨੇ ਫਿਰ 12ਵੀਂ ਦੀ ਮੇਰੇ ਫਾਇਰ ਮਾਰੇ ਨੇ, ਮੇਰੇ ਆ ਦੋਵਾਂ ਪੱਟਾਂ 'ਤੇ ਵੱਜੇ। ਫਿਰ ਉਹਨੇ ਪਿੱਛੋਂ ਦੀ ਜਾ ਕੇ, ਰਸੋਈ ਦੀ ਇੱਕ ਬਾਰੀ ਖੁੱਲ੍ਹੀ ਸੀ, ਗ੍ਰਿੱਲ ਲੱਗੀ ਸੀ, ਜੇ ਤਾਂ ਗ੍ਰਿੱਲ ਨਾ ਹੁੰਦੀ ਤਾਂ ਜਾਲੀ ਦੀ ਪੱਟ ਕੇ ਵੜ ਜਾਂਦਾ ਅੰਦਰ। ਫਿਰ ਉਹਨੇ 4 ਫਾਇਰ ਉੱਥੋਂ ਦੇ ਕੀਤੇ ਨੇ। ਉਦੋਂ ਅਸੀਂ ਗੈਸ ਦੇ ਨਾਲ, ਸੈਲਫ ਹੁੰਦੀ ਆਪਣੀ, ਨਾਲ ਤਖਤਾ ਸੀ, 2 ਬਾਰ ਹੈ, ਅਸੀਂ ਉਹ ਨਾਲ ਲੱਗ ਗਈਆਂ। ਇਹ ਤਾਂ ਡਿੱਗੀ ਪਈ ਸੀ, ਮੈਂ ਨਾਲ ਲੱਗ ਗਈ। ਦਾਦੀ ਮਾਮਾ ਬਾਹਰ ਨਿਕਲਿਆ, ਦਾਦੀ ਮਾਮਾ ਬਾਹਰ ਨਿਕਲਿਆ, ਬੋਲਿਓ ਜਿਹੜਾ ਮੁੰਡਾ ਸੀ ਨੌਕਰ, ਉਹਨੇ ਫੜ ਕੇ ਖਿੱਚ ਖੁੱਚ ਕੇ ਲੈ ਗਿਆ। ਫਿਰ ਉਹਨੇ ਕਾਰ ਕੋਲ ਜਾ ਕੇ ਵਿਹੜੇ 'ਚ ਫਿਰ ਉਹਨੇ 4-5 ਫਾਇਰ ਕੀਤੇ ਨੇ। ਉਹਨੇ ਸਾਨੂੰ ਪਤਾ ਤਾਂ ਨੂੰ ਕੀਤੇ, ਠਾਂ ਨੂੰ ਕੀਤੇ ਸਨ। ਸਾਨੂੰ ਉਦੋਂ ਪਤਾ ਲੱਗਿਆ ਜਦੋਂ ਨੌਕਰ ਨੇ ਆ ਕੇ ਆਖਿਆ ਬੀਬੀ ਜੀ ਹੈਗੇ ਜੇ ਕਿ ਹੈ ਨਹੀਂ। ਮੈਂ ਕਿਹਾ ਹੈਗੇ, ਬਾਹਰ ਨਹੀਂ ਖੁੱਲ੍ਹਦਾ ਗਾ, ਰਸੋਈ ਆ ਸਾਡੇ ਕੋਲੋਂ। ਉੱਥੇ ਬੜੀ ਉਦਮ ਨਾਲ ਉੱਠੀ, ਇਹਨੇ ਕੁੰਡੀ ਖੋਲ੍ਹੀ, ਨੌਕਰ ਸਾਡਾ ਅੰਦਰ ਆ ਗਿਆ, ਉਹਦੇ ਜੀ ਉੱਥੇ ਚਲਾ ਗਿਆ। ਇਹਨੇ ਫਟਾਫਟ ਚਾਬੀ ਚੱਕੀ ਉਹਦੀ ਕਾਰ ਦੀ, ਮੈਂ ਇਹਨਾਂ ਦੀ ਮਾਤਾ ਗੱਡੀ 'ਚ ਬਹਿ ਜਾ, ਇਹਨੇ ਫੋਨ ਕਰਕੇ ਚੰਡੀਗੜ੍ਹ, ਮੈਂ ਇਹਨਾਂ ਦੀ ਗੱਡੀ 'ਚ ਬਹਿ ਜਾ। ਉਹਨੇ ਵਾਪਸੀ ਮੁੜਿਆ ਹੁਣ, ਉਹਨਾਂ ਨੇ ਆਖਣਾ ਮਰ ਤਾਂ ਗਈਆਂ, ਇੱਕ ਇੱਕ ਓਟੋ ਕੁਰ ਕੰਮ ਨਿਬੇੜੋ, ਆਪਾਂ ਨਿਕਲ ਗਏ।
ਮਤਲਬ ਮਾਮਲਾ ਕੀ ਹੈ ਜਿਹੜਾ ਤੁਹਾਡੇ ਤੇ ਫਾਇਰਿੰਗ ਕੀਤੀ ਹੈ? ਫਾਇਰਿੰਗ ਬੇਟੇ ਵੀ ਸਾਡੀ ਜ਼ਮੀਨ ਦਾ ਪ੍ਰੋਪਰਟੀ ਦਾ ਰੌਲਾ ਹੈ। ਜ਼ਮੀਨ ਬੱਚੇ ਤੁਹਾਡੇ? ਮੇਰਾ ਇੱਕ ਬੇਟੀ ਅਤੇ ਇੱਕ ਬੇਟਾ ਹੈ ਜੀ। ਆਹ ਬੇਟੀ ਅਤੇ ਇਸ ਤੋਂ ਵੱਡਾ 2 ਸਾਲ ਬੇਟਾ ਹੈ, ਉਹ ਵਿਆਹਿਆ ਖੇਮੇ ਖੇੜੇ। ਉਹ ਚਲੋ ਬੱਚੇ ਪੜ੍ਹਾਉਣ ਆ ਗਿਆ ਸਕੂਲ, ਕੋਈ ਗੱਲ ਨਹੀਂ, ਇੱਥੇ ਮਕਾਨ ਪਿੰਡ ਸੋਹਣੀ ਕੋਠੀ, ਮੈਂ ਪਿੰਡ ਰਹਿੰਦੀ ਸਾਂ, ਮੇਰੇ ਬੀਜੀ ਪਿੰਡ ਰਹਿੰਦੇ ਸੀ, ਮੇਰੀ ਸੱਸ ਉਹ ਗੁਜ਼ਰ ਗਈ, ਉਹਨਾਂ ਨੂੰ 8 ਸਾਲ ਹੋ ਗਏ ਨੇ। ਅੱਛਾ, ਬੇਟੀ ਦਾ ਕਰਤਾ ਜਦੋਂ ਉੱਥੇ ਨਾ ਕੋਈ ਸੈਟਿੰਗ ਆਈ, ਇਹ ਮੇਰੇ ਕੋਲ, ਇਹਨੇ ਸਾਡੇ ਕੋਲ ਹੀ ਰਹਿਣਾ ਸੀ। ਅੱਛਾ, ਰਹਿ ਪਈ ਹੈ। ਅੱਛਾ, ਉਸ ਤੋਂ ਬਾਅਦ ਸਾਨੂੰ ਹੌਲੀ ਹੌਲੀ ਦੇਣ ਨੂੰ ਬਿਲਕੁਲ ਰੋਕਦਾ ਜਾਵੇ ਵੀ ਕੁਛ ਨਹੀਂ ਸੀ ਦਿੰਦਾ। ਸਾਰੇ ਭੈਣ ਭਰਾਵਾਂ ਨੂੰ ਇਕੱਠਾ ਕੀਤਾ, ਆਹਦਾ ਮੈਂ 1 ਲੱਖ ਰੁਪਇਆ 1 ਸਾਲ ਦਾ ਦਿਆ ਕਰੂੰ। ਮੈਂ ਕਿਹਾ ਵੀ 1 ਲੱਖ ਨਾਲ ਸਾਡਾ ਕੁਛ ਨਹੀਂ ਬਣਦਾ ਗਾ। ਅੱਛਾ, ਉਸ ਤੋਂ ਬੇਟੇ ਫਿਰ ਚੱਲ, ਕਦੇ ਕਿਸੇ ਦੇ ਆਖੇ, ਕਦੇ ਕਿਸੇ ਦੇ, ਕਦੇ 50,000 ਦੇ ਤਾਂ, ਕਦੇ 20 ਦੇ ਤਾਂ, ਕਦੇ ਅਸੀਂ ਚੁੱਪ ਕਰੀ ਰਹੇ। ਉਸ ਤੋਂ ਬੇਟੇ ਇਹਨਾਂ ਨੇ ਮਾਰਨ ਦੀ ਪਲੈਨ ਇਵੇਂ ਕੀਤੀ ਸੀ। ਉਦੋਂ ਮੁੰਡਾ ਆਸਟ੍ਰੇਲੀਆ ਬੈਠਾ ਹੈ, ਉਹਦਾ ਨਾਂ ਇੱਧਰ ਜੋਤ ਹੈ, ਉਹਦਾ ਨਾਂ ਹੈਗਾ ਸਾਜਨਪ੍ਰੀਤ, ਮੈਂ ਉਹਦਾ ਜੋਤ ਨਾਂ ਰੱਖਿਆ ਸੀ। ਉਦੋਂ ਇਹ ਪਿਓ ਪੁੱਤ ਸ਼ਾਮ ਨੂੰ ਸਾਡੇ ਘਰ ਗਏ ਅਤੇ ਰਾਤ ਨੂੰ ਇਹਨਾਂ ਨੇ ਸਾਨੂੰ ਕੁੱਟਿਆ ਮਾਰਿਆ। ਅਤੇ ਕੁਦਰਤੀ ਸਾਡੇ ਬਾਰੀ ਹੈ ਇੱਕ ਘਰ ਦੇ ਨਾਲ, ਜਦੋਂ ਮੈਂ ਇਹਨੇ ਦੋਵਾਂ ਨੂੰ ਸਿੱਟ ਲਿਆ, ਸਾਨੂੰ ਇੱਕ ਬੈੱਡ 'ਤੇ ਪੁੱਤ ਮੇਰਾ ਕੁੱਟੀ ਜਾਵੇ ਅਤੇ ਇੱਕ 'ਤੇ ਮੇਰਾ ਪੋਤਰਾ ਇਹਨੂੰ ਕੁੱਟੀ ਜਾਵੇ, ਜੇ ਪੁੱਤ ਹਟ ਜਾਵੇ ਤਾਂ ਉਹ ਮੇਰੇ ਬੰਨੀ ਆ ਜਾਵੇ, ਜੇ ਉਹ ਹਟ ਜਾਵੇ ਬੂਟਾਂ ਨਾਲ ਕੁੱਟਿਆ, ਮੂੰਹ 'ਚ ਪਾ ਸਾਡੇ ਜਰਾਬਾਂ ਪਾ ਪਾ ਕੇ, ਵੀ ਇਹਨਾਂ ਤਾਂ ਕਿਤੇ ਸਾਹ ਵੀ ਨਾ ਨਿਕਲ। ਇਹ ਘਟਨਾ ਨੂੰ ਕਿੰਨਾ ਟਾਈਮ ਹੋ ਗਿਆ? ਇਹਨੂੰ ਬੇਟਾ ਸਾਡੇ ਕੋਲ ਸਾਰੇ ਉਹ ਹੈਗੇ ਨੇ ਹਾਈਕੋਰਟ ਤੋਂ, ਫਿਰ ਅਸੀਂ ਨਾ ਮਤਲਬ ਨਾਲ ਗੁਆਂਢੀ ਕਰੇ, ਮੈਂ ਭੱਜ ਗਈ ਉੱਧਰ ਜਾ ਕੇ ਇਹਨਾਂ ਨੇ ਮੈਨੂੰ ਫਿਰ ਕੁੱਟਿਆ। ਉੱਥੋਂ ਮੈਨੂੰ ਖਿੱਚ ਕੇ ਲਿਆਉਂਦੇ ਸੀ, ਮੈਂ ਘਰੇ ਨਹੀਂ ਆਈ, ਇਹਨੂੰ ਤਾੜਤਾ ਸਟੋਰ 'ਚ, ਇਹਨੂੰ ਸਾਰੀ ਰਾਤ ਸਟੋਰ 'ਚ ਰੱਖਿਆ, ਤੜਕੇ ਇਹਨੂੰ 6 ਵਜੇ ਸਟੋਰ 'ਚ ਉਹਨਾਂ ਨੇ ਕੱਢਿਆ, ਮੁੜ ਕੇ ਮੈਨੂੰ ਲੈਣ ਆ ਗਿਆ, ਮੈਂ ਚਲੀ ਗਈ ਘਰੇ ਨਾਲ ਗੁਆਂਢੀਆਂ ਨੂੰ ਨਾਲ ਲੈ ਕੇ ਗਈ ਦੋਵਾਂ ਜੀਆਂ ਨੂੰ। ਜਿਸ ਵੇਲੇ ਨਾ ਮੇਰਾ ਪੋਤੇ ਬੋਲਿਆ ਦਾ, ਇਹ ਤਾਂ ਤੁਹਾਡੇ ਨਾਲ ਕੁਛ ਵੀ ਨਹੀਂ ਹੋਇਆ, ਜੇ ਰਾਤ ਨੂੰ ਜਿਹੜਾ ਕੁਝ ਤੁਹਾਡੇ ਨਾਲ ਹੋਣਾ ਨਾ ਉਹ ਹੋਊਗਾ। ਇਹ ਮੈਨੂੰ ਆਉਂਦੀ ਇਵੇਂ ਲਹੂਏ ਲਵਾਣੇ ਹੋਈ ਪਈ ਸੀ, ਮੈਨੂੰ ਆਉਂਦੀ ਮਾਤਾ ਕਿਸੇ ਪਾਸੋਂ ਦੀ ਨਿਕਲ ਜਾ, ਅਤੇ ਸਾਡੇ ਫੋਨ ਪੁੱਤ ਸਭ ਕੁਛ ਖੋਏ ਜਾਂਦੇ ਸੀਗੇ। ਮੈਂ ਪੁੱਤ ਕਿਸੇ ਦੇ ਘਰ ਜਾ ਕੇ ਮਿਹਨਤ ਕੀਤੀ ਵੀ ਮੈਨੂੰ ਫੋਨ, ਤੁਹਾਡਾ ਪੋਤਾ ਜਿਹੜਾ ਮਾਘੀ ਦੀ ਸ਼ਾਮ ਨੂੰ ਆਇਆ ਉੱਥੇ, ਹੁਣ ਮਾਘੀ ਵਾਲੇ ਦਿਨ ਗਿਆ। ਅੱਛਾ, ਉਦੋਂ ਪੁੱਤ ਅਸੀਂ ਐਂ ਭੱਜ ਕੇ, ਸਾਨੂੰ ਰਾਤ ਨੂੰ ਦਿਨੇ ਅਸੀਂ ਨਿਕਲ ਗਈਆਂ ਘਰੋਂ, ਸਾਨੂੰ ਤਲਵਿੰਦਰ DSP ਹੈ ਸਾਡੇ ਪਿੰਡ ਦਾ, ਉਹਨਾਂ ਦੀ ਗੱਡੀ 'ਚ ਅਸੀਂ, ਉਹਨਾਂ ਦੀ ਢਾਣੀ ਸਾਡੀ ਰਿਸ਼ਤੇਦਾਰੀ ਹੈ, ਸਾਨੂੰ ਉਹਨਾਂ ਨੇ ਲਿਆਂਦਾ, ਲਿਆ ਕੇ ਅਸੀਂ ਗਾਂ ਹੱਥ ਜੋੜੇ ਵੀ ਸਾਨੂੰ ਇੱਕ ਵਾਰੀ ਮੁਕਤਸਰ ਛੱਡ ਦਿਓ, ਅੱਗੇ ਅਸੀਂ ਆਪੇ ਚਲੇ ਜਾਵਾਂ। ਅਸੀਂ ਪੁੱਤ ਸਿੱਧੇ ਉਵੇਂ ਲੁੱਬੜੇ ਲੜਾਏ, ਪਾਟੇ ਕੁੱਟੇ ਮਾਰੇ, ਅਸੀਂ ਚੰਡੀਗੜ੍ਹ ਹਾਈਕੋਰਟ ਜਾ ਕੇ ਪੇਸ਼ ਹੋ ਗਏ ਸਾਂ। ਉੱਥੋਂ ਸਾਨੂੰ ਸਕਿਉਰਟੀ ਮਿਲੀ ਸੀ, 17 ਦਿਨ ਸਾਡੇ ਨਾਲ ਸਕਿਉਰਟੀ ਰਹੀ ਸੀਗੀ। ਫਿਰ ਇਹਨਾਂ ਨੇ ਮਿੰਨਤਾਂ ਕਰ ਕਰਕੇ ਹੱਥ ਜੋੜ ਜੋੜ ਕੇ, ਅਤੇ ਇਹਨਾਂ ਨੇ ਆਖਿਆ ਸੀ ਇਹਨਾਂ ਨੂੰ ਠੇਕਾ ਦੇ ਦਿਆਂਗੇ। ਚਲੋ ਪੁੱਤ, ਲਿਖਤ ਪੜ੍ਹਤ ਹੋ ਗਈ ਠੇਕੇ ਦੀ, ਇਹਨੇ ਸਾਨੂੰ 1 ਸਾਲ ਠੇਕਾ ਦਿੱਤਾ, ਦੂਜੇ ਸਾਲ ਇਹਦਾ ਦੇਣ ਉਹ ਰੁਕ ਗਿਆ, ਮੈਂ ਚੁੱਪ। ਉਸ ਤੋਂ ਬਾਅਦ ਬੇਟਾ ਮੈਨੂੰ ਹੋ ਗਿਆ ਅਟੈਕ, ਮੇਰੇ ਸਟੈਂਡ ਪੈ ਗਏ, 3-4 ਲੱਖ ਮੇਰਾ ਉੱਥੇ ਲੱਗ ਗਿਆ। ਅਕਸਰ ਹੋਰ ਵੀ ਦਵਾਈ ਚੱਲਦੀ ਸੀ। ਉਸ ਤੋਂ ਬਾਅਦ ਫਿਰ ਮੈਂ ਆਖਣਾ ਪੱਪੀ ਸਾਨੂੰ ਥੋੜ੍ਹੇ ਘਣੇ ਤਾਂ ਦੇ, ਦਿੰਨਾ ਹੈ ਦਵਾਉਣਾ ਹੈ ਦਿੰਨਾ। ਹੁਣ ਪੁੱਤ ਸਾਨੂੰ 1 ਕਿਸ਼ਤ ਮਿਲੀ ਸੀ ਮਾਰਚ ਆਪਣਾ ਅਪ੍ਰੈਲ 'ਚ ਠੇਕੇ ਵਾਲੇ ਦੀ, ਹੁਣ ਉਹਦਾ ਝੋਨਾ ਮਾੜਾ ਆ ਗਿਆ, ਉਹ ਛੱਡ ਗਿਆ ਠੇਕੇ 'ਤੇ ਪਹਿਲੀ ਇਹ ਦਿੰਦਾ ਸੀ, ਅਤੇ ਇਹ ਦੇ ਕੇ ਸਾਨੂੰ ਪੈਸੇ ਗਾਂ ਦੀ ਮਰਜ਼ੀ ਨਾਲ ਦਿੰਦਾ ਸੀਗਾ। ਹੁਣ ਜਿਹੜੀ ਕਿਸ਼ਤ ਸੀ ਨਾ 2 ਲੱਖ ਦੀ, ਉਹ ਮੈਂ ਆਖਿਆ ਵੀ ਭਾਈ ਕਣਕ ਤਾਂ ਇਹਨੇ ਬੀਜ ਲਈ, ਇਹਨੂੰ ਨਹੀਂ ਮੈਂ ਕਿਹਾ ਆਪਦੇ ਪੁੱਤ ਨੂੰ, ਮੈਂ ਜਿਹੜੇ ਬੰਦੇ ਵਿੱਚ ਪਏ ਸਨ ਜੋ ਉਹਨਾਂ ਨੂੰ ਮੈਂਬਰ ਪੰਚਾਇਤਾਂ ਵਾਲੇ ਉਹਨਾਂ ਨੂੰ ਕਿਹਾ, ਮੈਂ ਬੇਟੇ ਤੁਸੀਂ ਉਹਦੇ ਵਿੱਚ ਪਏ ਸੋ, ਹੁਣ ਮੈਂ ਆਖਿਆ ਵੀ ਸਾਨੂੰ ਵੀ ਦਵਾਈ ਦਰ ਵਿੱਚ ਸਾਨੂੰ ਚੱਲ 1 ਲੱਖ ਰੁਪਈਆ ਹੀ ਦੇ ਦੇ। ਉਹ ਆਉਂਦਾ ਵੀ ਚਾਚੀ ਜੀ ਅਸੀਂ ਆਖਿਆ ਸੀ, ਉਹ ਆਉਂਦਾ ਵੀ ਮੈਂ ਤਾਂ 1 ਦੁੱਕੀ ਨਹੀਂ ਹੁਣ ਦੇ ਸਕਦਾ, ਮੈਂ ਤਾਂ ਕਣਕ 'ਚ ਦੇਊਂਗਾ। ਮੈਂ ਕਿਹਾ ਚਲੋ ਠੀਕ ਹੈ ਪੁੱਤ, ਹੁਣ ਇਹਨਾਂ ਨੇ ਕਣਕ ਬੀਜੀ ਸੀ, ਉਹ ਘਰੇ ਨਹੀਂ ਸੀ ਜਾਂਦਾ, ਇਹ ਜਾਂਦਾ ਸੀ ਮੇਰਾ ਪੋਤਰਾ ਘਰੇ, ਕਦੇ ਘੰਟਾ ਲਾਇਆ ਆਉਂਦਾ, ਕਦੇ 2 ਲਾਇਆ ਆਉਂਦਾ, ਦਾਦੀ ਮੈਂ 10 ਬੰਦਿਆਂ ਚਾਹ ਬਣਾ ਦੇ, 5 ਦੀ ਬਣਾ ਦੇ, ਉਹ ਪਿੰਡ ਖੇਤਰੇ ਲੈ ਆਉਂਦਾ ਸੀ। ਮਾਘੀ ਵਾਲੇ ਦਿਨ ਸ਼ਾਮ ਨੂੰ ਗਿਆ, ਜਿੱਦਣ ਇਹਨੇ ਆਹ ਕਾਰਾ ਕੱਲ੍ਹ ਸਵੇਰੇ ਸਾਡੇ ਨਾਲ ਇਹ ਕੀਤਾ, ਆਹ ਕੁਛ ਸਾਡੇ ਨਾਲ ਹੋਇਆ। ਅਸੀਂ ਤਾਂ ਆਪਦੀ ਜਾਨ ਬਚਾ ਕੇ, ਸਾਨੂੰ ਗੁਰੂ ਨੇ ਜਿਹਨੂੰ ਇੰਨੀਆਂ ਗੋਲੀਆਂ ਠੁੱਕੀਆਂ ਹੋਣ, ਉਹ ਕੁੜੀ ਗੱਡੀ ਚਲਾ ਕੇ ਫਿਰ ਆਵੇ ਪੁੱਤ, ਅਤੇ ਇਹ ਪਰਮਾਤਮਾ ਦਾ ਇੱਕ ਧੰਨਵਾਦ ਹੀ ਅਸੀਂ ਕਰਦੇ ਹਾਂ ਵਿੱਚ ਵਸਿਆ, ਅਤੇ ਉਦਮ ਨਾਲ ਲਿਆ, ਨਹੀਂ ਸਾਨੂੰ ਕੱਲ੍ਹ ਦੁਬਾਰਾ ਵੀ ਜਾ ਕੇ ਮਾਰ ਸਕਦੇ ਸੀ ਪੁੱਤ। ਅਸੀਂ ਤਾਂ ਹੁਣ ਇਨਸਾਫ ਮੰਗਦੇ ਹਾਂ ਵੀ ਸਾਨੂੰ ਇਨਸਾਫ ਮਿਲੇ, ਸਾਡੇ 'ਚ ਗਲਤੀ ਕੀ, ਸਾਡਾ ਜਿਹੜਾ ਹਿੱਸਾ ਬਣਦਾ ਸਾਨੂੰ ਦੇਵੇ। ਅਸੀਂ ਤਾਂ ਹਿੱਸੇ ਤੋਂ ਵੀ ਆਖਦੇ ਸੀ ਚੱਲ, ਮੈਨੂੰ ਇਹ ਕਹਿੰਦਾ ਮੈਨੂੰ 2 ਕਿੱਲੇ ਘੱਟ ਮੈਂ ਦੇਊਂਗਾ ਠੇਕਾ, ਮੈਂ ਚੱਲ 2 ਕਿੱਲਿਆਂ ਦਾ ਤੂੰ ਮੈਨੂੰ ਘੱਟ ਦੇ ਦੀ, ਜਿੱਥੇ ਅੱਗੇ 8 ਦਾ ਦਿੰਦਾ ਮੈਨੂੰ 5 ਦਾ ਦੇ ਦੀ, ਮੈਂ ਕੋਈ ਗੱਲ ਨਹੀਂ ਪੁੱਤ। ਇੱਦੋਂ ਫਿਰ ਹੋਰ ਕਿੱਧਰ ਜਾਈਏ, ਘਰ 'ਚ ਵੀ ਅਸੀਂ ਸਾਨੂੰ ਜੇ ਮਾਰਨ ਪੈਂਦੇ 2 ਵਾਰੀ, ਫਿਰ ਅਸੀਂ ਕਹਿੰਦੇ ਘਰ ਰਹੀ ਗਏ, ਕਿਹੜਾ ਸਾਡਾ ਆਸਰਾ। ਮੈਮ ਕੀ ਨਾਮ ਤੁਹਾਡਾ? ਮੇਰਾ ਨਾਮ ਸੁਮੀਤ ਕੌਰ ਹੈ, ਮੈਂ ਆਪਣੀ ਮਦਰ ਕੋਲ ਰਹਿੰਦੀ ਹਾਂ ਪਿੰਡ ਸੰਮੇ ਵਾਲੀ ਜੀ।
ਮੇਰਾ ਨਾਮ 6 ਕਿੱਲੇ ਪ੍ਰੋਪਰਟੀ ਹੈ, ਮੇਰੀ ਮਦਰ ਦੇ ਨਾਮ 10 ਕਿੱਲੇ ਪ੍ਰੋਪਰਟੀ ਹੈ ਜੀ। ਅੱਜ ਤੋਂ 5 ਸਾਲ ਪਹਿਲਾਂ ਵੀ ਸਾਨੂੰ ਮੇਰੇ ਭਰਾ ਨੇ ਅਤੇ ਮੇਰੇ ਵੱਡੇ ਭਤੀਜੇ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅਸੀਂ ਮਾਵਾਂ ਧੀਆਂ ਨੇ ਭੱਜ ਕੇ ਹਾਈ ਕੋਰਟ ਤੋਂ ਸਿਕਿਉਰਟੀ ਲਈ, ਸਾਡੇ ਨਾਲ ਸਿਕਿਉਰਟੀ ਰਹੀ, ਅਸੀਂ ਆਪਦੀ ਜਾਨ ਬੜੀ ਮੁਸ਼ਕਲ ਨਾਲ ਅਸੀਂ ਆਪਦੀ ਜਾਨ ਬਚਾਈ ਇਹਨਾਂ ਤੋਂ। ਸਾਨੂੰ ਹੁਣ ਹੁਣ ਕੀ ਇਸ ਇੰਸੀਡੈਂਟ ਹੋਇਆ ਤੁਹਾਡੇ ਨਾਲ ਜਿਹੜਾ ਗੋਲੀਆਂ ਵੱਜੀਆਂ? ਇੰਸੀਡੈਂਟ ਦੀ ਸਾਨੂੰ ਸਿਰਫ ਥੋੜ੍ਹਾ ਬਹੁਤ ਸਾਨੂੰ ਹਿੱਸਾ ਠੇਕਾ ਦੇਣ ਲੱਗ ਗਏ ਸੀ। ਕੌਣ? ਮੇਰਾ ਬ੍ਰਦਰ ਜੀ। ਹੁਣ ਇਹ ਸੀ ਜੀ ਕਿ ਬ੍ਰਦਰ ਸਾਰੀ ਜ਼ਮੀਨ ਮੇਰੇ ਬ੍ਰਦਰ ਕੋਲ ਹੁੰਦੀ ਸੀ, ਭਤੀਜਾ ਆ ਜਾਂਦਾ ਸੀ ਜੀ ਘਰੇ, ਪਰਸੋਂ ਆਇਆ ਜੀ ਘਰੇ, ਆ ਕੇ ਕਹਿੰਦਾ ਕਿ ਮੈਂ ਰਹਿਣਾ। ਅਸੀਂ ਕਿਹਾ ਚੱਲ ਤੂੰ ਰਹਿ ਪਾ। ਮਾਘੀ ਵਾਲੇ ਦਿਨ ਘਰੇ ਆਇਆ ਜੀ ਸ਼ਾਮ ਨੂੰ, ਪਹਿਲਾਂ ਖੇਤ ਖੁੱਤ ਗਿਆ, ਫਿਰ ਉਦੋਂ ਬਾਅਦ ਖੇਤੋਂ ਆ ਕੇ ਘਰੇ ਰਹਿ ਪਿਆ ਸਾਡੇ ਕੋਲ, ਖਾਣਾ ਖੁਣਾ ਖਾ ਕੇ ਪੈ ਗਿਆ। ਕਹਿੰਦਾ ਸਵੇਰੇ ਮੇਰੀ 8:30 ਟਿਊਸ਼ਨ ਹੈ, ਮੈਂ ਟਿਊਸ਼ਨ 'ਤੇ ਜਾਣਾ। ਅਸੀਂ ਕਿਹਾ ਠੀਕ ਹੈ। ਮੈਂ 6:30 ਮੈਂ ਉੱਠੀ, 7:00 ਮੈਂ ਇਹਨੂੰ ਉਠਾਤਾ। ਇਹ ਆਪਣੀ ਕਾਰ 'ਤੇ ਗਿਆ ਸੀ ਜੀ, ਐਲਟੋ ਕਾਰ 'ਤੇ। ਇਹਦੇ ਇਹ ਜਦੋਂ ਉੱਠਿਆ ਮੈਂ ਚਾਹ ਬਣਾਉਣ ਲੱਗ ਗਈ ਜੀ ਇਹਦੇ ਵਾਸਤੇ, ਕਿਚਨ 'ਚ ਜਾ ਕੇ। ਇਹ ਬਾਥਰੂਮ 'ਚ ਜਾ ਗਿਆ, ਬਾਥਰੂਮ 'ਚ ਆਪਦਾ ਫਰੈਸ਼ ਹੋ ਕੇ ਜੀ, ਉਦੋਂ ਹੀ ਪਤਾ ਲੱਗਿਆ ਜਦੋਂ ਕਾਰ 'ਚੋਂ ਚੱਕਿਆ ਜੀ ਇਹਨੇ ਆਪਦਾ। ਮੈਨੂੰ ਤਾਂ ਪਤਾ ਹੀ ਉਦੋਂ ਲੱਗਿਆ ਜਦੋਂ ਕਿਚਨ 'ਚ ਆ ਕੇ ਮੇਰੀ ਬੈਕ ਸਾਈਡ ਸੀ ਜੀ, ਇਹਨੇ ਮੇਰਾ ਪਹਿਲਾ ਫੈਰ ਇੱਥੇ ਮਾਰਿਆ ਸਿਰ 'ਚ। ਮੈਂ ਕਿਹਾ ਕਨਵਰ ਕੀ ਕਰੀ ਜਾਂਦਾ, ਕਨਵਰ ਕੀ ਕਰੀ ਜਾਂਦਾ। ਇਹਨੇ ਦੂਜਾ ਮੇਰੇ ਫੈਰ ਫਿਰ ਜੀ ਇੱਥੇ ਮਾਰਿਆ, ਮੇਰੇ 3 ਫੈਰ ਵੱਜੇ ਜੀ ਸਿਰ 'ਚ। ਚੌਥਾ ਫੈਰ ਇਹਨੇ ਜੀ ਮੇਰੇ ਇੱਥੇ ਮਾਰਿਆ, ਇੱਥੇ ਵੱਜ ਕੇ ਜੀ ਮੇਰਾ ਇੱਥੇ ਨਿਕਲ ਗਿਆ ਫੈਰ। ਮੇਰੇ ਮਦਰ ਬੈੱਡਰੂਮ 'ਚ ਪਏ ਸੀ ਜੀ, ਇਹਨਾਂ ਨੇ ਜਦੋਂ ਫੈਰਾਂ ਦਾ ਖੜਕਾ ਸੁਣਿਆ ਜੀ, ਭੱਜ ਕੇ ਕਿਚਨ 'ਚ ਆ ਗਏ ਜੀ, ਕਿਚਨ ਦਾ ਅਸੀਂ ਬਾਰ ਬੰਦ ਕਰ ਲਿਆ। ਮੇਰੇ ਮਦਰ ਨੂੰ ਇਹਨਾਂ ਨੇ ਜੀ ਬਾਰ ਦੇ ਵਿੱਚ ਦੀ ਫੈਰ ਮਾਰੇ, ਮੇਰੇ ਮਦਰ ਦੇ ਦੋਵੇਂ ਪੱਟਾਂ 'ਚ ਫੈਰ ਵੱਜੇ ਜੀ ਦੋਵਾਂ 'ਚ। ਮੈਂ ਤਾਂ ਬੌਂਦਲ ਕੇ ਡਿੱਗ ਪਈ ਜੀ, ਅਤੇ ਮੇਰੇ ਮਦਰ ਵੀ, ਅਸੀਂ ਸੈਲਫ ਦੇ ਨਾਲ ਮਾਵਾਂ ਧੀਆਂ ਲੱਗ ਗਈਆਂ ਦੋਵੇਂ ਜਣੀਆਂ ਜੀ। ਇਹ ਕਿਚਨ ਦੇ ਬਾਹਰ ਚਲਾ ਗਿਆ ਜੀ, ਉੱਥੋਂ ਇਹਨੇ ਕੀ ਕੀਤਾ ਜੀ, ਇੱਕ ਖਿੜਕੀ ਸੀ ਜੀ ਕਿਚਨ ਦੀ, ਉਹ ਲੱਕੜ ਦੀ ਖਿੜਕੀ ਤਾਂ ਖੁੱਲ੍ਹੀ ਸੀ ਜੀ, ਅਤੇ ਜਾਲੀ ਦੀ ਖਿੜਕੀ ਬੰਦ ਸੀ। ਇਹਨੇ ਉੱਥੋਂ ਦੀ 4 ਫੈਰ ਮਾਰੇ ਆ ਜੀ, ਜੋ ਕਿ ਪੁਲਿਸ ਨੇ ਕਿਚਨ 'ਚੋਂ ਕੱਲ੍ਹ ਬਰਾਮਦ ਕਰ ਲਏ ਜੀ। ਉਹ ਸਾਡੇ ਫੈਰ ਨਹੀਂ ਵੱਜੇ ਵੀਰ ਜੀ, ਸਾਡੀ ਕਿਸਮਤ ਨੂੰ ਨੌਕਰ ਆ ਗਿਆ, ਨੌਕਰ ਨੇ ਆ ਕੇ ਇਹਨੂੰ ਮੁੰਡੇ ਨੂੰ ਫੜ ਲਿਆ, ਫੜ ਕੇ ਇਹਦੇ ਫੈਰ ਖਤਮ ਹੋ ਗਏ, ਅਤੇ ਇਹ ਉੱਥੋਂ ਭੱਜ ਲਿਆ ਜੀ, ਉੱਥੋਂ ਭੱਜ ਲਿਆ ਵੀਰ ਜੀ। ਮੈਨੂੰ ਪਰਮਾਤਮਾ ਨੇ ਮੈਨੂੰ ਬੜਾ ਬਲ ਬਖਸ਼ਿਆ। ਮੈਂ ਮੋਬਾਈਲ ਲਾਇਆ 181 ਨੰਬਰ 'ਤੇ, 181 ਵਾਲਿਆਂ ਨੇ ਲਾਇਆ ਜੀ, ਲੱਖੇਵਾਲੀ ਵਾਲਿਆਂ, ਚੌਂਕੀ ਵਾਲਿਆਂ ਨੂੰ। ਚੌਂਕੀ ਵਾਲੇ ਸਾਡੇ ਕੋਲ ਕੋਈ ਨਹੀਂ ਪਹੁੰਚਿਆ, ਸਾਨੂੰ ਖਤਰਾ ਹੋ ਗਿਆ। ਅਸੀਂ ਲਾਇਆ 108 ਨੰਬਰ 'ਤੇ ਵੀ ਫੋਨ, ਸਾਡੇ ਕੋਲ ਕੋਈ ਪਹੁੰਚੇ ਵੀਰ ਜੀ, ਧੁੰਦ ਸੀ ਛੇਤੀ, ਕੋਈ ਨਹੀਂ ਪਹੁੰਚ ਰਿਹਾ ਸੀ। ਮੈਂ ਖੁਦ ਗੱਡੀ ਆਪ ਡਰਾਈਵ ਕਰਕੇ ਮੈਂ ਡਰਾਈਵ ਕਰ ਲੈਂਦੀ ਹਾਂ, ਗੋਲੀਆਂ ਲੱਗਣ ਦੇ ਬਾਵਜੂਦ ਜੀ। ਮੈਂ ਕਿਹਾ ਮਾਤਾ ਜੇ ਉਹ ਭਰਾ ਨੂੰ ਲੈ ਕੇ ਦੁਬਾਰਾ ਆ ਗਿਆ, ਆਪਾਂ ਨੂੰ ਇੱਥੇ 2 ਗੋਲੀਆਂ 2 ਹੋਰ ਮਾਰੀਆਂ, ਆਪਾਂ ਮਰ ਜਾਵਾਂਗੀਆਂ। ਆਪਾਂ ਥਾਣੇ ਪਹੁੰਚੀਏ ਅਸੀਂ ਜੀ, ਲੱਖੇਵਾਲੀ ਥਾਣੇ ਪਹੁੰਚੀਆਂ, ਉੱਥੇ ਹੀ ਅਸੀਂ ਐਂਬੂਲੈਂਸ ਵਾਲਿਆਂ ਨੂੰ ਫੋਨ ਕਰਤਾ, ਉੱਥੇ ਹੀ ਐਂਬੂਲੈਂਸ ਵਾਲੇ ਆ ਗਏ ਜੀ, ਸਾਨੂੰ ਇੱਥੇ ਥਾਣੇ ਲੈ ਆਏ, ਇੱਥੇ ਹੋਸਪਿਟਲ ਲੈ ਆਏ ਜੀ, ਸਰਕਾਰੀ ਹੋਸਪਿਟਲ। ਉੱਥੇ ਜੀ ਕੋਈ ਅਰੇਂਜਮੈਂਟ ਨਹੀਂ ਹੈਗਾ ਸੀ, ਉੱਥੋਂ ਜੀ ਸਾਨੂੰ ਫਿਰ ਇੱਥੇ ਡਾਕਟਰ ਸਾਹਿਬ ਦੇ ਲੈ ਆਏ ਜੀ, ਇੱਥੇ ਸਾਡਾ ਸਾਰਾ ਅਰੇਂਜਮੈਂਟ ਹੋਈ ਜਾਂਦਾ ਜੀ ਕੱਲ੍ਹ ਦਾ। ਸਾਡੇ ਨਾਲ ਆਹ ਵੀਰ ਜੀ ਬੀਤੀ ਜੀ, ਪਰ ਸਾਨੂੰ ਇਨਸਾਫ਼ ਚਾਹੀਦਾ, ਸਾਡੀ ਸੁਣਵਾਈ ਕੋਈ ਨਹੀਂ ਹੋਈ ਜਾਂਦੀ ਵੀਰ ਜੀ। ਉਹਨੂੰ ਹਜੇ ਤੱਕ ਉਹ ਨਹੀਂ ਫੜਿਆ ਗਿਆ, ਉਹ ਸ਼ਰੇਆਮ ਤੁਰਿਆ ਫਿਰਦਾ ਜੇ, ਮੇਰੇ ਭਰਾ ਦਾ ਫੋਨ ਚੱਲੀ ਜਾਂਦਾ, ਉਹਨੂੰ ਕੋਈ ਨਹੀਂ ਅਰੈਸਟ ਕਰ ਰਿਹਾ, ਉਹਨਾਂ ਦੀ ਪੁਲਿਸ ਹੈ, ਸਾਡੀ ਕੋਈ ਨਹੀਂ ਹੈਲਪ ਹੁੰਦੀ। ਇੱਥੇ ਰਹਿੰਦੇ ਤੁਹਾਡਾ ਬ੍ਰਦਰ? ਮੇਰਾ ਬ੍ਰਦਰ ਹਬੋਰ ਰੋਡ 'ਤੇ ਰਹਿੰਦਾ, 7 ਨੰਬਰ ਗਲੀ 'ਚ। ਕੀ ਨਾਮ ਉਹਨਾਂ ਦਾ? ਹਰਿੰਦਰ ਸਿੰਘ ਹੈ ਜੀ ਉਹਦਾ ਨਾਮ। ਭਤੀਜੇ ਦੇ ਨਾਲ ਕਿਹਦੇ ਜਿਹਨੇ ਗੋਲੀ ਚੱਲੀ? ਕਨਵਰਪ੍ਰੀਤ ਹੈ ਜੀ ਉਹਦਾ ਨਾਮ। ਜ਼ਮੀਨ ਨੂੰ ਲੈ ਕੇ ਗੋਲੀ? ਜ਼ਮੀਨ ਨੂੰ ਲੈ ਕੇ ਜੀ, ਬਸ ਜ਼ਮੀਨ ਨੂੰ ਲੈ ਕੇ, ਪ੍ਰੋਪਰਟੀ ਪਿੱਛੇ ਬੇਈਮਾਨ ਸੀ ਜੀ, ਪ੍ਰੋਪਰਟੀ ਪਿੱਛੇ। ਅਤੇ ਅਸੀਂ ਵੀਰ ਜੀ ਕਿਹਨੂੰ ਦੇਣੀ ਸੀ, ਇਹਨਾਂ ਦੀ ਸੀ ਪ੍ਰੋਪਰਟੀ ਬਾਅਦ 'ਚੋਂ। ਅਤੇ ਜਿੰਨਾ ਚਿਰ ਮੇਰੇ ਮਾਂ ਹਾਰਟ ਦੇ ਮਰੀਜ਼ ਨੇ, ਉਹਨਾਂ ਦੇ 2 ਸਟੰਟ ਪਏ ਹੋਏ ਆ, ਜਿੰਨੀ ਦੇਰ ਅਸੀਂ ਰਹਿਣਾ ਸੀ ਰੋਟੀ ਤਾਂ ਅਸੀਂ ਖਾਣੀ ਸੀ। ਮਦਰ ਕੋਲ ਰਹਿੰਦੇ ਕਿੰਨਾ ਟਾਈਮ ਹੋ ਗਿਆ? ਮੈਨੂੰ 10 ਸਾਲ ਹੋ ਗਏ ਜੀ। ਓਕੇ।
ਕੀ ਮੰਗਾ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਕੋਲ ਇਹ ਕਿ ਸਾਨੂੰ ਤਾਂ ਵੀਰ ਜੀ ਦੋ ਹੀਲੇ ਹੋ ਗਏ ਸਾਡੇ ਨਾਲ, ਅਸੀਂ ਉਦੋਂ ਵੀ ਮੌਤ ਦੇ ਮੂੰਹ 'ਚੋਂ ਬਚੇ ਜਦੋਂ ਅਸੀਂ ਹਾਈ ਕੋਰਟ ਤੋਂ ਸਾਡੇ ਕੋਲ ਸਾਰੇ ਪੇਪਰਸ ਹੈਗੇ, ਸਾਰੇ ਡਾਕੂਮੈਂਟਸ ਹੈਗੇ ਆ, ਠੀਕ ਹੈ ਜੀ, ਸਾਰੇ ਮਤਲਬ ਕਿ ਅਸੀਂ ਲੋਕਰ 'ਚ ਰੱਖੀ ਬੈਠੇ ਹਾਂ ਸਾਰੇ ਸਾਡੇ ਕੋਲ, ਸਾਡੇ ਉਦੋਂ ਇਹਨਾਂ ਨੇ ਪਿੰਡ ਵਾਲੇ ਲੋਕਾਂ ਨੇ, ਰਿਸ਼ਤੇਦਾਰਾਂ ਨੇ ਸਾਡਾ, ਉਦੋਂ ਮੇਰੇ ਵੱਡਾ ਭਤੀਜਾ ਹੁਣ ਆਸਟ੍ਰੇਲੀਆ ਚਲਾ ਗਿਆ ਜੀ, ਉਦੋਂ ਉਹ ਸੀ ਜੀ ਵਿੱਚ, ਉਹ ਸਾਨੂੰ ਮਾਰਨ ਪਿਆ ਸੀ ਅਤੇ ਉਦੋਂ ਰਿਸ਼ਤੇਦਾਰ ਵਿੱਚ ਪੈ ਗਏ ਕਿ ਇਹਦਾ ਕੈਰੀਅਰ ਖਰਾਬ ਹੁੰਦਾ, ਅੱਛਾ ਉਹ ਵਿੱਚ ਪੈ ਗਏ ਜੀ, ਅਤੇ ਉਹ ਸਾਨੂੰ ਸਾਡਾ ਸਮਝੌਤਾ ਕਰਾਤਾ ਜੀ, ਠੀਕ ਹੈ ਜੀ, ਹੁਣ ਉਹ ਬਾਹਰ ਚਲਾ ਗਿਆ ਜੀ, ਹੁਣ ਇਹ ਛੋਟਾ ਤਿਆਰ ਹੋ ਗਿਆ ਜੀ। ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਵਾਉਣੀ ਕਿ ਅਸੀਂ ਦੋ ਵਾਰੀ ਸਾਨੂੰ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਅਸੀਂ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਇਹਨਾਂ ਨੂੰ ਸਬਕ ਮਿਲੇ ਜੀ, ਇਹਨਾਂ ਨੇ ਜੋ ਸਾਡੇ ਨਾਲ ਕੀਤਾ ਜੀ, ਸਾਨੂੰ ਇਨਸਾਫ ਮਿਲੇ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਬਿਊਰੋ ਰਿਪੋਰਟ, ਰੰਗਲਾ ਟੀਵੀ।